हाँ जी, सत श्री अकाल जी सारिआं नूं। वधिया फार्म यूट्यूब चैनल ते तुहाडा स्वागत है जी। किसान वीरो, अज दी जिहड़ी आपां वीडियो बना रहे हां, पिंड मलकपुर, तहसील अजनाला ते जिला अमृतसर, अज दी वीडियो दे विच तुहानूं दो गावां दिखाउणियां ते दोवें होले भाल दीआं गावां जिहड़ियां तुहानूं दिखावांगे। ते आ हुण वीर जी उहनां नाल गल्लबात करदे हां ते उहनां तों पुछ लैंदा बारे सारी डिटेल। हाँ जी वीर जी, सत श्री अकाल जी। ਹੋਰ ਸੁਣਾਓ, ਕੀ ਹਾਲ ਚਾਲ ਜੀ? ਵਧੀਆ ਵਧੀਆ ਸਭ, ਵਾਵਾ ਦਿਨਾਂ ਬਾਅਦ ਦਰਸ਼ਨ ਦਿੱਤੇ ਜੀ ਅੱਜ। ਅੱਛਾ ਜੀ, ਅੱਛਾ ਕੰਪੈਨਾਂ ਦੇ ਫਿਰ ਉੱਧਰ ਹੀ, ਹੁਣ ਉੱਧਰ ਸੀਜ਼ਨ ਲੱਗਾ ਹੋਣਾ ਫਿਰ, ਹੁਣ ਹੋ ਗਏ ਵਿਹਲੇ ਫਿਰ ਉੱਧਰ? ਠੀਕ ਠੀਕ ਹੈ ਜੀ, ਦੋ ਗਾਵਾਂ ਲਿਆਂਦੀਆਂ ਹਨਾ, ਤੇ ਕਰੀ ਨਾਮ ਦੱਸ ਦਿਓ ਆਪਣਾ। ਨਾਮ ਬਲਵਿੰਦਰ ਸਿੰਘ। ਐਡਰੈਸ? ਪਿੰਡ ਮਲਕਪੁਰ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੈ ਜੀ, ਅਜਨਾਲਾ ਕਿੰਨਾ ਪੈ ਜਾਂਦਾ ਜੀ ਆਪਣੇ ਇੱਥੇ? 15 ਕਿਲੋਮੀਟਰ। 15 ਕਿਲੋਮੀਟਰ, ਠੀਕ ਹੈ ਜੀ। ਤੇ ਫੋਨ ਨੰਬਰ ਬੋਲ ਦਿਓ ਕਰੀ ਆਪਣਾ। 95515 76000। ਇੱਕ ਵਾਰੀ ਫਿਰ ਬੋਲ ਦਿਓ ਜੀ, 95515 76000। ਠੀਕ ਹੈ ਜੀ। ਤੇ ਹੁਣ ਸਭ ਤੋਂ ਪਹਿਲਾਂ ਜਿਹੜੀ ਆ ਪਹਿਲੇ ਨੰਬਰ ਤੇ ਇੱਕ ਗਾਂ ਖਲੋਤੀ, ਇਹਦੇ ਬਾਰੇ ਜਾਣਕਾਰੀ ਤੁਹਾਨੂੰ ਦਿੰਦੇ ਆ। ਹਾਂਜੀ ਵੀਰ ਜੀ, ਕਿੰਨਵਾਂ ਸੁਬਾਹ ਸੂਈ ਆ ਜੀ? ਦੂਸਰੇ ਸੂਏ ਵੀਰ ਜੀ। ਤੇ ਕਿੰਨੇ ਦਿਨ ਹੋ ਗਏ ਜੀ ਸੂਈ ਨੂੰ? ਅੱਜ 5ਵਾਂ ਦਿਨ ਆ। 5ਵਾਂ ਦਿਨ, ਤੇ ਮਗਰ ਕੀ ਆ ਗਿਆ ਇਹਦੇ? ਬੱਚਾ ਜੀ, ਮਗਰ ਬੱਚਾ। ਤੇ ਆ ਦੋਸਤੋ ਜਿਹੜਾ ਇਹਦਾ ਬੱਚਾ ਜੇ ਨਾੜੂ ਕਹਿੰਦੇ ਹੱਲੇ ਜਿਹੜਾ ਨਾਲ ਹੀ ਆ, ਦੇਖ ਸਕਦੇ। ਹਾਂਜੀ ਠੀਕ ਹੈ ਜੀ, 5 ਦਿਨ ਹੋਏ ਸੂਈ ਨੂੰ ਹਨਾ। ਤੇ ਦੁੱਧ ਕਿੰਨਾ ਕੁ ਤਿਆਰ ਜੀ ਹੁਣ ਇਸ ਟਾਈਮ? 14 ਲੀਟਰ ਤਿਆਰ, ਬੋਲਾ ਸਮਝੇ ਭਾਵੇਂ ਕੋ ਦੁੱਧ ਸਮਝੇ। ਠੀਕ ਹੈ ਜੀ, ਹਾਂਜੀ। ਕਿੰਨਾ ਕੁ ਦੁੱਧ ਜਿਹੜਾ ਇਹ ਕਰ ਸਕਦੀ ਹੈ? 16-17 ਲੀਟਰ ਕਰ ਜੀ। 16-17 ਲੀਟਰ ਕਰ ਜੂਗੀ? ਹਾਂਜੀ ਕਰ ਜੂ। ਤੇ ਚਵਾ ਚੂ ਬਿਲਕੁਲ ਓਕੇ? ਓਕੇ ਓਕੇ। ਥਣ ਦੀ ਕੋਈ ਵਾਧ ਘਾਟ ਜਾਂ ਕੁਝ? ਨਾ ਜੀ ਨਾ, ਕੋਈ ਨਹੀਂ। ਠੀਕ ਹੈ ਜੀ, ਠੀਕ ਹੈ। ਸੂਆ ਦੂਸਰਾ ਸੂਈ ਹਨਾ, ਤੇ 16-17 ਲੀਟਰ ਕਰ ਜੂਗੀ। ਹਾਂ ਦੇਖ ਸਕਦੇ ਜੀ ਦੋਸਤ। ਹਾਂਜੀ ਵੀਰ ਜੀ, ਤੋਰ ਕੇ ਵਿਖਾਈਏ ਜੀ, ਇੱਕ ਵਾਰੀ ਖੋਲ ਦਿਓ ਇਹਨੂੰ। ਬਾਕੀ ਥਣ ਹਵਾਨਾ ਤੁਸੀਂ ਦੇਖ ਸਕਦੇ ਜੇ, ਚੰਗਾ ਸੋਹਣਾ ਥਣ ਹਵਾਨਾ ਜਿਹੜਾ ਇਹਨੂੰ ਲੱਗਾ। ਹਵਾਨਾ ਤੁਸੀਂ ਇਹਦਾ ਇੱਕ ਵਾਰੀ ਦੇਖ ਸਕਦੇ ਜੀ। ਹਾਂਜੀ ਵੀਰ ਜੀ, ਲੈ ਆਓ ਜੀ। ਬਾਕੀ ਥਣਾਂ ਦਾ ਸਾਈਜ਼ ਵੀ ਚੰਗਾ ਸੋਹਣਾ ਲੱਗਾ। ਆਹ ਵੀਰ ਤੋਂ ਹੁਣ ਜਿਹੜੇ ਦਾ ਮੁੱਲ ਆਪਾਂ ਪੁੱਛਦੇ ਹਾਂ, ਕੀ ਮੁੱਲ ਕਰਦੇ? ਹਾਂਜੀ ਵੀਰ ਜੀ, ਮੁੱਲ ਫਿਰ ਆਪਾਂ ਇਹਦਾ ਦੱਸ ਦਈਏ ਜੀ। ਮੁੱਲ ਵੀਰ ਜੀ ਜਾਇਜ਼ ਹੀ ਹੈ। ਕਿੰਨਾ ਕੁ ਜਾਇਜ਼? ਤੁਹਾਨੂੰ ਪਤਾ ਮਹੀਨੇ ਬਾਅਦ ਕੰਮ ਸ਼ੁਰੂ ਕਰਨ ਲੱਗੇ ਹਾਂ। ਹਾਂਜੀ, ਤੇ ਮੁੱਲ ਪਹਿਲਾਂ ਹੁਣ ਸ਼ੁਰੂਆਤ ਕੀਤੀ ਹੈ। ਠੀਕ ਹੈ ਜੀ, ਜਾਇਜ਼ ਕਰਾਂਗੇ। ਕਿੰਨਾ ਕੁ ਜਾਇਜ਼ ਕਰਨਾ ਜੀ? 32000 ਦੀ। 32 ਦੀ ਦੇ ਦੋਗੇ? ਉੱਚੋਂ ਵੀ ਕਰ ਦੋਗੇ ਮਾਨਤਨ? ਹਾਂਜੀ ਕਰ ਦਾਂਗੇ, 31000 ਦੀ। 31 ਦੀ ਦੇ ਦੋਗੇ? ਜੋ ਛੋੜ ਕਰਦਾ। ਅੱਛਾ, ਉੱਚੋਂ ਵੀ ਛੋੜ ਛੱਡ ਕਰ ਦੋਗੇ। ਤੇ ਦੁੱਧ 16-17 ਲੀਟਰ ਕਰ ਜੂਗੀ ਜੀ? ਕਰ ਜੂ ਆਰਾਮ ਨਾਲ ਕਰ ਜੂ। ਤੇ ਹੁਣ 14 ਲੀਟਰ ਪੂਰਾ ਤਿਆਰ ਹੈ? ਹਾਂਜੀ ਤਿਆਰ ਹੈ, ਅਜੇ ਗਾਂ ਮੈਲੇ ਤੇ ਚੱਲਣੀ, ਤੁਹਾਨੂੰ ਪਤਾ ਹੀ ਹੈ। ਹਾਂਜੀ ਹਾਂਜੀ, ਤੇ ਹੁਣ ਕੋਈ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਲਿਜਾ ਸਕਦਾ ਹਨਾ। ਠੀਕ ਹੈ ਜੀ, ਚਲੋ ਹੁਣ ਜਿਹੜੀ ਇੱਕ ਦੂਸਰੇ ਨੰਬਰ ਤੇ ਇੱਕ ਬੈਡ ਤੁਹਾਨੂੰ ਦਿਖਾਉਣੀ ਆ। ਇਹ ਵੀਰ ਜੀ ਲੱਗਦਾ ਪਹਿਲਾਂ ਸੁਬਹ ਹੀ ਸੋਣੀ ਹੱਲੇ ਜੀ। ਹਾਂਜੀ ਹਾਂਜੀ, ਸ਼ਾਹੀਵਾਲ ਕ੍ਰੋਸ ਜਿਹੜੀ ਬੈਡ ਤੁਹਾਨੂੰ ਦਿਖਾਵਾਂਗੇ, ਪਹਿਲਾਂ ਸੁਬਹ ਸੋਣੀ ਹੈ ਨਾ। ਤੇ ਕਿੰਨੇ ਕੁ ਦਿਨ ਖੜਦੀ ਹੱਲੇ? 8-10 ਦਿਨ ਲੈ ਜੂਗੀ। ਤੇ ਦੁੱਧ ਕਿੰਨਾ ਕੁ ਕਰ ਜੂ ਪਹਿਲੇ ਸੁਬਹ? 12-13 ਲੀਟਰ ਕਰ ਜੂਗੀ। ਠੀਕ ਹੈ ਜੀ, ਤੇ ਜੇ 8-10 ਦਿਨ ਖੜਦੀ ਹੈ ਨਾ, ਲਿਆ ਖੋਲੋ ਇਹਨਾਂ ਵੀ ਇੱਕ ਵਾਰੀ ਤੋੜ ਕੇ ਵਿਖਾ ਦਈਏ। ਦੰਦ ਵੀ ਦੋਸਤੋ ਜਿਹੜੇ ਇਹਦੇ ਤੁਸੀਂ ਦੇਖ ਸਕਦੇ ਜੀ, ਆ ਜਿਹੜੇ ਇਹਦੇ ਦੰਦ ਤੁਸੀਂ ਦੇਖ ਸਕਦੇ ਜੀ। ਹਾਂਜੀ ਠੀਕ ਹੈ ਵੀਰ ਜੀ, ਲਿਆ ਖੋਲੋ ਫਿਰ ਇਹਨਾਂ ਵੀ ਇੱਕ ਵਾਰੀ ਤੋੜ ਕੇ ਵਿਖਾ ਦਈਏ। ਸਾਹੀਵਾਲ ਕ੍ਰੋਸ ਜਿਹੜੀ ਇਹ ਬੈਡ ਪਹਿਲਾਂ ਸੁਬਹ ਜਿਹੜੀ ਹੱਲੇ ਇਹ ਸੋਹਣੀ ਆ, 8-10 ਦਿਨ ਖੜਦੀ ਆ। ਤੇ ਦੁੱਧ ਕਿੰਨਾ ਦੱਸਿਆ ਵੀਰ ਜੀ ਕਰ ਜੂਗੀ? 12-13 ਲੀਟਰ ਦੁੱਧ ਜਿਹੜਾ ਵੀਰ ਜੀ ਹੁਣੇ ਕਹਿੰਦੇ ਕਿ ਕਰ ਜੂਗੀ। ਹਾਂਜੀ ਆ ਜਾ ਲੈ ਆਓ ਜੀ। ਲੈ ਜਾ ਲੈ ਜੀ,
ਥਣਾ ਦਾ ਸਾਈਜ਼ ਵੀ ਜਿਹੜਾ ਚੰਗਾ ਸੋਹਣਾ ਕੱਢੂਗੀ। ਇਹਦਾ ਵੀ ਜਿਹੜਾ ਮੁੱਲ ਹੁਣ ਪੁੱਛਦੇ ਆ ਆਪਾਂ ਕੀ ਮੁੱਲ ਕਰਦੇ। ਹਾਂਜੀ ਵੀਰ ਜੀ, ਫਿਰ ਮੁੱਲ ਇਹਦਾ ਵੀ ਦੱਸ ਦਈਏ ਜੀ ਆਪਾਂ। ਵੇਖ ਲਓ ਵੀਰ ਜੀ, ਆਪਣੇ ਹਿਸਾਬ ਨਾਲ ਜਿੰਨੀ ਵੀ ਚੰਗੀ ਲੱਗਦੀ। ਕਿੰਨਾ ਕਿਤੇ ਦੇ ਦੇਣੀ? ਕਿੰਨੇ ਕਿਤੇ ਦੇ ਦੋਗੇ? 25000 ਕਰਦੇ ਆ। ਤੇ ਦੋਗੇ ਕਿੰਨੇ ਦੀ? 23000 ਦੀ ਦੇ ਦਾਂਗੇ। 23 ਦੀ ਦੇ ਦੋਗੇ। ਤੇ ਉੱਚੋਂ ਛੋਟ ਛੋਟ ਸਾਹਮਣੇ ਬੈਠ ਗਿਆ ਜੇ ਦੋ ਦਾਂ ਦੇ ਆ। ਹਾਂਜੀ ਹਾਂਜੀ। ਤੇ ਉੱਚੋਂ ਛੋਟ ਛੋਟ ਕਰ ਦੋਗੇ? ਕਰਦਾਂਗੇ। ਠੀਕ ਹੈ ਜੀ। ਹਾਂਜੀ ਹਾਂਜੀ ਠੀਕ ਹੈ ਵੀਰ ਜੀ, ਹੋਰ ਕੁਝ ਕਹਿਣਾ ਚਾਹੋਗੇ ਜੀ? ਹਾਂਜੀ ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਆ ਜਿਹੜੇ ਦੋ ਪਸ਼ੂ ਵੀਰ ਜੀ ਉਹਨਾਂ ਨੇ ਵਿਕਾਊ ਕੀਤੇ ਆ, ਤੇ ਕਿਸੇ ਵੀਰ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਆਪਣਾ ਆਵੇ ਇੱਥੇ, ਤਸੱਲੀ ਕਰੇ, ਚੈੱਕ ਪਾਸ ਕਰੇ ਅਤੇ ਆਪਣਾ ਫਿਰ ਪਸ਼ੂ ਖਰੀਦੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।